ਆਹੋ ਜੀ ਅੰਦਾ ਆਲੂਆਂ ਦਾ ਤਿਆਰ ਅਤੇ ਅੱਜ ਬਣਾਉਣੇ ਆ ਜੀ ਗੈਰਜ 'ਚ ਪਰੌਂਠੇ। ਗਗਨ ਬਾਈ ਆਟਾ ਗੁੰਨੀਏ ਨਾ? ਠੀਕ, ਉਹ ਬੰਦਾ ਸਾਡਾ ਦੂਜਾ ਆਟਾ ਗੁੰਨੀ ਜਾਂਦਾ ਅਤੇ ਮੈਂ ਇੱਧਰ ਆਲੂਆਂ ਦਾ ਬਾਲ ਕੇ ਆਲੂ ਛਿੱਲ ਕੇ, ਅਤੇ ਅੱਜ ਮੀਂਹ ਪੈ ਕੇ ਹਟਿਆ ਗਾ, ਅੱਜ ਆਲੂਆਂ ਦੇ ਪਰੌਂਠੇ ਬਣਾਉਣੇ ਆ। ਤੁਹਾਨੂੰ ਦਿਖਾਵਾਂਗੇ ਕਿਵੇਂ ਬਣਾਈਏ, ਕੀ ਗੱਲਬਾਤ ਆ। ਦੱਸ ਵੀ ਦਿਓ, ਐਂ ਬਣਦੇ ਹੁੰਦੇ ਇਹ? ਦੇਖੋ ਘੈਂਟ ਬਣਿਆ ਜੇ ਕੜ ਮਿੰਟ। ਦੇਸੀ ਕੱਟਾ ਯੂਪੀ ਦਾ ਬਈ ਸਾਡਾ ਗੈਰਜ, ਠੰਡੇ ਠੁੰਡੇ ਇੱਧਰ ਪੂਰੇ ਫੁੱਲ ਠੰਡੇ ਵੀ ਵੇਚਦੇ ਹਾਂ ਅਸੀਂ। ਆਹ ਦੇਖੋ ਉਹ ਕਿਰਪੈਣ ਖੜੇ ਆ ਸਾਡੇ, ਤਿੰਨ ਹਾਥੀ ਖੜੇ ਆ ਵੇਚਣ ਖਾਤਰ, ਅਤੇ ਆਹ ਸਾਡਾ ਗਗਨ ਭਰਾ ਆ ਗਿਆ। ਹੁਣ ਬਣਾਉਣਾ, ਮੈਂ ਬਣਾਉਣਾ ਗਾ ਆਲੂਆਂ ਦੇ ਪਰੌਂਠੇ, ਅਤੇ ਨਾਲੇ ਤੁਹਾਨੂੰ ਦਿਖਾਵਾਂਗੇ ਦੇਖੋ ਕਿਵੇਂ ਬਣਾਉਣਾ ਮੈਂ। ਠੀਕ ਹੈ ਜੀ, ਹੈਂ ਚੱਲ ਫਿਰ ਕੀਤੀ ਪਈ ਆ, ਮੈਂ ਤਾਂ ਕਰਤੀ, ਮੈਂ ਇੰਨਾ ਟਾਈਮ ਨਹੀਂ ਲਾਉਂਦਾ। ਪਰੌਂਠੇ ਵੀ ਦਿਖਾ ਆਪਣੇ, ਹਾਂ ਪਰੌਂਠੇ ਦਾ ਪਾਇਆ ਦੇ, ਪਰੌਂਠੇ ਪਰੌਂਠੇ ਬਣਾ ਰਹੇ ਆ ਮੁੰਡੇ ਪੰਜਾਬ ਦੇ ਆਂਧਰਾ 'ਚ, ਆਲੂ ਵਾਲੇ ਵੀ। ਕੰਮ ਦੀ ਵੀ ਬਾਈ ਬਾਲਾ ਦਿੱਕਤ ਆ, ਆਪ ਹੀ ਲਾ ਕੇ ਖਾਣੀਆਂ ਪੈਂਦੀਆਂ ਗੇ ਉਰੇ ਤਾਂ, ਉਰੇ ਕਿਹੜਾ ਮਾਂ ਬੈਠੀ ਹੋ ਕੇ ਯਾ ਬ੍ਰੋ। ਚੱਕ ਕਿੰਨੇ ਰਹਿ ਗਏ ਹੁਣ? ਤਿੰਨ ਚਾਰ ਪਏ, ਬਣਾ ਲਾ ਫਿਰ, ਭੁੱਖ ਵੀ ਬਹੁਤ ਲੱਗੀ ਪਈ ਆ। ਮੈਂ ਦਿਖਾ ਦੇ ਫਿਰ, ਐਸ ਲੋਡ 'ਤੇ ਚੁੱਲ੍ਹੀ ਬਣਾ ਲਏ, ਖੜੇ 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 ਹੋਰ ਪੈ ਜਾਣਗੇ ਇਹਦੇ 'ਚ ਮਾਲ ਭਰ ਦਿਓ। ਕੀ ਆਖਾਂ, ਇੱਕ ਪਰੌਂਠਾ ਹੋਰ ਬਣੂੰਗਾ, ਦੋ ਦੋ ਬਣਨਗੇ ਹੋਰ। ਚੱਲ ਬਣਾ ਲਾ, ਦੁਪਹਿਰੇ ਖਾ ਲਾਂਗੇ ਲਾਲੇ। ਬੜਾ ਸ਼ੌਂਕ ਹੁੰਦਾ ਵਾ ਗਰਮੀ ਵੀ ਬਹੁਤ ਹੋਈ ਪਈ ਆ, ਲੱਗਦਾ ਮੀਂਹ ਪਈ ਗਿਆ, ਤਿੰਨ ਚਾਰ ਦਿਨ ਲਗਾਤਾਰ ਮੀਂਹ ਪਿਆ, ਫਿਰ ਵੀ ਇੰਨੀ ਭੜਾਸ ਕੀਤੀ ਪਈ ਆ ਮੇਰੇ ਹਾਂ ਰੱਬ ਨੇ। ਰਾਤ ਵੀ ਮੀਂਹ ਆਏ ਥੋੜ੍ਹਾ ਜਿਹਾ, ਉਹ ਤੋਂ ਬਾਅਦ ਹਟ ਗਿਆ ਜੀ ਮੈਨੂੰ ਲੱਗਦਾ, ਨਹੀਰ ਖਾਨਾ ਦਾ ਬਥੇਰਾ ਚੱਲਿਆ। ਇੱਕ ਦੂਜੇ ਦੇ ਹੈ ਜਾਗ ਜੇ ਬੈਠੇ ਸਵੇਰੇ, ਜਦੋਂ ਤੂੰ ਮੰਜਾ ਖਿੱਚ ਕੇ ਲੈ ਕੇ ਆਇਆ ਤਾਂ ਤੂੰ ਮੰਜਾ ਖਿੱਚ ਕੇ ਲੈ ਕੇ ਆਇਆ, ਮੇਰਾ ਵੀ ਸਾਲਾ ਮੰਜਾ ਪਹਿਲਾਂ ਕੀਤਾ, ਮੈਂ ਸਾਲੀ ਧੁੱਪ ਚੜ ਗਈ ਮੰਜਾ, ਹੁਣ ਆਪਣੇ ਵਾਲਾ ਵੀ ਖਿੱਚ ਹੀ ਲਿਆ ਮੈਂ ਕਿਹਾ। ਦੋ ਵੱਜ 19 ਹੋ ਗਏ, 2:20 ਹੋ ਗਈ, ਹੈਂ।